ਓਏ ਚੁੱਪ ਕਰਕੇ ਬਹਿ ਜਾ ਓਏ, ਕਿਤੇ ਮਾਂ ਭੈਣਾਂ ਦਾ ਗੱਲ ਬੱਚੇ। ਤਿਆਰ ਰਹੀ ਬੰਦੇ ਆਉਣ ਵਾਲੀ ਹੋਣਗੇ ਜਨਾਬ ਜੀ, ਫਿਕਰ ਨਾ ਕਰੋ, ਖਬਰੀ ਆਪਣਾ ਪੱਕਾ ਗਾ ਪੱਕਾ। ਆਹੋ ਭਾਈ ਆਪਦਾ ਛੇਤੀ ਕਰੋ, ਦੇਖੋ ਮਾਲ ਦੇਖੋ ਪਹਿਲਾਂ ਮਾਲ ਚੈੱਕ ਕਰ ਕੇ ਦੇ। ਉਹ ਜਰਦਾ ਲਾਉਣਾ, ਲਾ ਜਾ ਪੁੱਤ, ਆ ਜਾ ਜਰਦਾ ਤਾਂ ਮੈਂ ਮਲ ਲਿਆ। ਜਰਦਾ ਨੀ ਅੱਜ ਲਾਉਣਾ ਹੈਗਾ, ਮੈਂ ਲਾਈ ਫਿਰਦਾ ਪਹਿਲੀ ਵੀ। ਠੀਕ ਹੈ, ਕੀ ਬਹੁਤ ਦਿਨਾਂ ਦਾ ਲਹੂ ਪੀਤਾ ਬਈ, ਬੰਦੇ ਮਾਲਕ ਨੇ ਮਰਦੇ ਨੇ, ਬੰਦੇ ਦੇ ਹਾਲ ਤਾਂ ਦੇਖੋ ਕੀ ਹੋਇਆ ਪਿਆ ਭਾਈ। ਉਹ ਕੋਈ ਨੀ, ਦਬ ਕੇ ਆਇਆ, ਕਿੱਥੇ ਦਬ ਕੇ ਆਇਆ, ਇਹ ਦਬਣ ਵਾਲੀ ਗੱਲਾਂ ਨੇ। ਵੀਡੀਓ ਬਹੁਤ ਆਉਣਗੀਆਂ, ਬਹੁਤ ਦੇਖੋਗੇ ਦੇਖੋਗੇ। ਠੀਕ ਹੈ ਪੁੱਤ, ਵਧੀਆ। ਕੀ ਕਰਦਾ? ਕੁਛ ਨੀ ਕਰਦਾ, ਸੰਨੀ ਜੀ ਰਲਾਉਂਦਾ ਡੰਗਰਾਂ ਨੂੰ। ਅੱਛਾ, ਚੱਲ ਵਧੀਆ। ਕੰਮ ਸੀ ਚਾਚੇ ਇੱਕ। ਕੀ ਕੰਮ ਸੀ ਯਾਰ? ਮਾਲ ਚਾਹੀਦਾ ਸੀ, ਬੰਦਾ ਵੀ ਨੀ ਆਇਆ ਮਾਲ ਵਾਲਾ, ਮੇਰਾ ਮੁੱਕਿਆ ਹੋਇਆ। ਉਹ ਮੈਂ ਤਾਂ ਆਪ ਪਤੰਦਰਾ ਮਰਦਾ, ਮੈਂ ਤਾਂ ਆਪ ਸੰਨੀ ਨੂੰ ਲੱਗਿਆ ਪਿਆ ਗਾ, ਮੇਰੇ ਲਵੇ ਤਾਂ ਆਪ ਨੀ ਮੁੱਕਿਆ ਪਿਆ। ਤੂੰ ਸਮਾਂ ਦੇ ਕਰ ਕੋਈ ਹੀਲਾ ਬੁੜੇ ਬੰਦੇ ਦਾ, ਉਹ ਜਾਇਆ ਕਿਸੇ ਲਵੇ ਇਹੀ ਕੁਛ ਮੇਰਾ। ਦੇਖ ਲਾ ਤੇਰੇ ਕੋਲ ਤਾਂ ਹੋਣਗੇ ਦੋ। ਹਾਏ ਨੀ, ਜੇ ਹੁੰਦਾ ਫੇਰ ਮੈਂ ਤੈਨੂੰ ਲਵਾ ਦਿੰਦਾ, ਮੇਰੇ ਲਵੇ ਵੀ ਕੱਲ ਇੰਨੀ ਕੁ ਸੀ ਬਸ, ਕੱਲ ਖਾ ਲਈ ਮੈਂ ਉਹ, ਮੈਂ ਤਾਂ ਆਪ ਮਰਦਾ ਬਹੁਤ। ਚੱਲ ਫਿਰ ਮੈਂ ਉਧਰ ਘਰ ਦੇ ਹਾਲ ਹਾਲ ਕਰੀ ਜਾਂਦੇ ਨੇ, ਕੱਖ ਰਲਾ ਫਲਾਨਾ ਕਰ, ਸਰੀਰ ਮੇਰਾ ਤਾਂ ਆਪ ਟੁੱਟਿਆ ਪਿਆ। ਕਰ ਲੈ ਇਲਾ ਜਮਾਨੇ, ਉਹ ਤਾਂ ਪਤਾ ਯਾਰ ਮੁੰਡੇ ਕੋਲ। ਹਾਂ ਪਤਾ ਕਰ। ਚੱਲ ਠੀਕ ਆ। ਹੋਰ ਉਹ ਭੈਣ ਦਾ ਖਸਮ ਮੇਰੇ ਕੋਲੇ ਆ ਜਾਂਦਾ ਵੀ ਮੇਰੇ ਕੋਲੇ ਬੋਰੀਆਂ ਭਰੀਆਂ ਪਈਆਂ ਨੇ, ਦੱਸ ਮੈਂ ਤਾਂ ਆਪ ਮਰਨਾ। ਕੁੜੀ ਚੋਦੇ ਸਾਰੇ ਉਰੇ ਨੂੰ ਤੁਰੇ ਆਉਂਦੇ ਨੇ, ਸਾਲਾ ਮਾਲ ਤਾਂ ਮਿਲਦਾ ਨੀ ਹੈਗਾ, ਇੱਕ ਜਰਦਾ ਹੀ ਪੱਲੇ ਆ ਬਸ। ਜਰਦਾ ਲਾ ਲਾ ਕੇ ਟਾਈਮ ਜਾ ਕੱਢੀ ਜਾਂਦਾ, ਇੱਕ ਤਾਂ ਸਾਲਾ ਜਹਾਜ਼ ਨੀ ਉਤਰਿਆ ਆਪਣੇ ਸੁੱਕੇ ਸੂਏ ਤੇ। ਬੈਠਾ ਵਿੱਕੀ ਚਾਚਾ, ਇਹਨੂੰ ਪਤਾ ਕਰ ਦੇਣਗੇ। ਹੋਰ ਚਾਚੇ ਕਿਵੇਂ ਆ? ਠੀਕ ਆ ਪੁੱਤਰਾ, ਬਹਿ ਜਾ। ਹੋਰ ਸੁਣਾ, ਕਿਵੇਂ ਆਉਣੇ ਹੋਏ? ਬਸ ਪੁੱਛ ਨਾ, ਬੁਰਾ ਹਾਲ ਆ, ਲੱਤਾਂ ਗੋਡੇ ਦੁਖਦੇ ਨੇ ਹੋਏ। ਹੋਰ ਮਾਲ ਦਿਖਵਾ ਦਿੰਦਾ ਚ ਭੋਰਾ ਕਾ। ਮੈਂ ਤਾਂ ਭਤੀਜ ਆਪ ਖਾ ਜਰਦਾ ਲਾ ਲਾ ਕੇ ਟਾਈਮ ਕੱਢਦਾ। ਹਾਂ ਉਹ ਮੈਂ ਤਾਂ ਭੈਣ ਜਹਾਜ਼ ਆਏ ਨੀ, ਜਹਾਜ਼ ਆਏ ਨੀ ਮੇਰੇ ਸਾਲ ਦਾ, ਕਈ ਦਿਨ ਹੋ ਗਏ। ਮੈਂ ਤਾਂ ਆਪ ਉਹਨੂੰ ਦੇਖਦਾ ਵੀ ਕਦੋਂ ਉਤਰੂਗਾ। ਹੋਰ ਭੈਣ ਦਾ ਜਦ ਉਤਰ ਜੇ। ਮੈਂ ਉਧਰ ਵੀ ਗਿਆ ਤੀ ਮੇਵੇ ਚਾਚੇ ਕੋਲੇ, ਉਹ ਵੀ ਕਹਿੰਦਾ ਮੇਰੇ ਕੋਲੇ ਹੈ ਨੀ, ਕਿਸੇ ਕੋਲ ਨੀ ਮਿਲਦਾ ਮਾਲ। ਪੈ ਇੱਕ ਸੌਟ ਵਾਲੀ ਹੈ ਨਾ ਮਾਲ, ਆਏ ਨੂੰ ਟਾਈਮ, ਜਹਾਜ਼ ਉਤਰੇ ਨੂੰ ਟਾਈਮ ਹੋ ਗਿਆ। ਹੋਰ ਕਿਹੜਾ ਬੰਦਾ ਚੇ ਦੇ ਸਕਦਾ, ਔਖਾ ਬਹੁਤ ਹੈਗਾ। ਮੇਰੇ ਕੋਲੇ ਹੁੰਦਾ ਮੈਂ ਤਾਂ ਤੈਨੂੰ ਲਵਾ ਦਿੰਦਾ ਦੋ ਕਾਰਡ। ਠੀਕ ਹੈ, ਕਿਦੋਂ ਕਰੀਏ ਪਤਾ? ਤੂੰ ਐਂ ਕਰ, ਜਿਹੜਾ ਇਹਦਾ ਏਜੰਟ ਨੀ ਹੈਗਾ ਆਪਣਾ, ਉਹ ਬੰਦੇ ਨਾਲ ਸਿੱਧੀ ਗੱਲਬਾਤ ਹੈ ਉਹਦੀ, ਜਹਾਜ਼ ਵਾਲੇ ਨਾਲ। ਅੱਛਾ, ਤਰਸੇਮ ਦੀ? ਤਰਸੇਮ ਦੀ, ਹਾਂ ਉਹ ਸਿੱਧੀ ਗੱਲਬਾਤ ਹੈ। ਮਾਲ ਉਹ ਵੀ ਨਿਰਾ ਮਾਲ ਉਹਦੇ ਕੋਲੇ ਰਾਹੀਂ ਵਿਕਦਾ, ਆਸਮਾਨ ਦੇ ਪਿੰਡਾਂ ਚ ਵੀ ਜਿਹੜਾ ਵੀ ਮੰਨ ਜਾਂਦਾ ਹੈ ਉਹ ਇਕੱਠਾ ਇਕੱਠਾ ਮਾਲ ਲਾ ਜਾਂਦੇ ਨੇ ਉਹਦੇ ਕੋਲੇ, ਉਹ ਵੇਚੀ ਜਾਂਦਾ ਫਿਰ ਉਹ
ਗਾਹਾਂ ਦੀ ਗਾਹਾਂ ਸਪਲਾਈ ਕਰੀ ਜਾਂਦਾ। ਠੀਕ ਹੈ, ਚੱਲ ਮੈਂ ਤੂੰ ਮਾੜਾ ਮੋਟਾ ਉਹਦੇ ਕੋਲੇ ਜਾਇਆ, ਜੇ ਥੋੜੀ ਕਣੀ ਪਈ ਹੋਈ ਤਾਂ ਉਹਨੂੰ ਕਹਿ ਦੀ ਕਹਿ ਦੇ ਦੇ ਯਾਰ, ਘਾਟ ਵਾਧ ਕਰਕੇ ਲਿਆ, ਘਾਟ ਵਾਧ ਕਰਕੇ ਲਿਆ, ਸੌ ਪੰਜਾਹ ਵੱਧ ਦੇ ਦੇ। ਉਹੀ ਕਹਿਣਾ, ਸੌ ਪੰਜਾਹ ਵੱਧ ਦੇ ਦਾਂਗੇ ਜਾਂ ਸਰੀਰ ਟੁੱਟਦਾ ਮਰ ਦੇਵਾਂਗੇ। ਹੋਰ ਹੁਣ ਮਰਦੇ ਤਾਂ ਜਾਣ ਤੋਂ ਪਹਿਲਾਂ ਹੀ ਕੋਈ ਸੌ ਪੰਜਾਹ ਵੱਧ ਦੇ ਕੇ ਇੱਕ ਪੁੜੀ ਜਾਂ ਮਾਲ ਦੀ ਭਰਾ ਲਿਆ, ਦੋ ਦਿਨ ਨਿਕਲ ਜਾਣਗੇ, ਇੰਨੇ ਨੂੰ ਖਬਰ ਹੈ ਆਪਣਾ ਜਹਾਜ਼ ਉੱਤਰ ਹੀ ਆਵੇ ਸੁੱਕੇ ਸੁੱਕੇ ਨਾਲੇ ਤੇ। ਠੀਕ ਆ, ਠੀਕ ਆ, ਚੱਲ ਮੈਂ ਜਾ ਕੇ ਨਾਚੇ ਫਿਰ। ਚੱਲ ਫਿਰ ਜਾ ਆ ਤੂੰ, ਉਹ ਜਰਦਾ ਲਾਉਣਾ ਲਾ ਜਾ ਪੁੱਤ, ਆ ਜਾ ਜਰਦਾ ਤਾਂ ਮੈਂ ਮੜ ਲਿਆ, ਜਰਦਾ ਨੀ ਆਚੇ ਲਾਉਣਾ ਹੈਗਾ, ਮੈਂ ਲਾਈ ਫਿਰਦਾ ਪਹਿਲੀ ਵੀ। ਠੀਕ ਆ, ਚੱਲ ਯਾਰ, ਵਿੱਕੀ ਚਾਚੇ ਨੇ ਵੀ ਭੈਣ ਚੋਂ ਜਵਾਬ ਦੇਤਾ, ਸਪਲਾਇਰ ਨੂੰ ਜਾ ਕੇ ਮਿਲ ਦਿਆਂਗੇ ਜੇ ਕਰੂ ਕੋਈ ਹੀਲਾ। ਹੁਣ ਉਹੀ ਉਹ ਸੋਗਰਾ ਸਪਲਾਇਰ ਵੀ ਸਾਲਾ ਬਾਹਰ ਹੀ ਬੈਠਾ, ਤਾਂ ਬਾਹਰ ਹੀ ਮਿਲ ਗਿਆ। ਅੱਛਾ ਭਾਈ, ਬਣ ਕੇ ਦੇ ਦੇ ਥੋੜਾ ਘਣਾ ਮਾਲ। ਨਹੀਂ ਹੈ ਨੀਗਾ ਯਾਰ, ਬਿਲਕੁਲ ਭਾਈ ਬਣ ਕੇ ਕਰਦੇ ਹੱਲ ਯਾਰ, ਬਹੁਤ ਔਖਾ ਹੋਇਆ ਪਿਆ ਕੰਮ, ਤਾਂ ਸਾਲਾ ਹੁੰਦੇ ਨੀ। ਉਹ ਯਾਰ ਹੈ ਹੀ ਨੀ, ਜੇ ਹੁੰਦਾ ਮੈਂ ਤੈਨੂੰ ਦੇ ਨਾ ਦਿੰਦਾ। ਭਾਈ ਬਣ ਕੇ ਕਰਦੇ ਹੱਲ ਯਾਰ, ਜਮੀ ਕੰਮ ਨੀ ਹੁੰਦਾ, ਘਰੇ ਗਾਣਾ ਪੈਂਦੀਆਂ ਨੇ ਕੰਮ ਕਰ ਲਾ। ਫਿਰ ਮੈਂ ਕੀ ਕਰਾਂ ਯਾਰ, ਜਦ ਹੈ ਹੀ ਨੀਗਾ, ਹੁਣ ਮੈਂ ਦੱਸ ਕੀ ਕਰਾਂ। ਕੋਈ ਹੱਲ ਕਰਦੇ? ਉਹ ਯਾਰ ਬੰਦੇ ਨੇ ਫੋਨ ਨੀ ਚੱਕਿਆ ਹੈਗਾ। ਅੱਛਾ, 2-3 ਘੰਟੇ ਹੋ ਗਏ ਫੋਨ ਕਰਦੇ ਨੂੰ, ਉਦੋਂ ਬਾਅਦ ਪਤਾ ਲੱਗੂ, ਫਿਰ ਦੇਖਾਂਗੇ। ਠੀਕ ਆ, ਠੀਕ ਆ, ਮੈਨੂੰ ਮੈਨੂੰ ਵੀ ਜਵਾਬ ਦੇ ਕੇ ਹਟਿਆ, ਹੈ ਹੀ ਨੀਗਾ। ਮੈਂ ਕਈਆਂ ਤੋਂ ਪੁੱਛ ਲਿਆ ਜੀ, ਉਹ ਕਹਿੰਦੇ ਹੈ ਨੀਗਾ, ਇੱਧਰ ਬੰਦਾ ਮਰਦਾ ਜਾਂਦਾ, ਤੁਸੀਂ ਜਵਾਬ ਦੇ ਜਾਂਦੇ ਹੋ, ਦੇਖ ਲਓ ਇਹ ਪੂਰਾ ਕੁ ਹੈਗਾ ਜੀ। ਉਹ ਯਾਰ, ਜਿਹੜੇ ਬੰਦੇ ਦਾ ਆਪਾਂ ਨੂੰ ਸਮਾਨ ਦੇ ਕੇ ਜਾਂਦਾ ਹੁੰਦਾ, ਉਹਨੇ ਫੋਨ ਨਹੀਂ ਚੱਕਿਆ ਹੈਗਾ ਅੱਜ, ਪਤਾ ਨਹੀਂ ਉਹ ਕਿੱਥੇ ਆ, ਨਹੀਂ ਪਤਾ ਫਸ ਫਸੀ ਗਿਆ ਹੋਵੇ ਕਿਸੇ ਪਾਸੇ। ਅੱਛਾ ਜੀ, ਹੁਣ ਜੇ ਉਹ ਫੋਨ ਚੱਕੂ ਤਾਂ ਹੀ ਸਮਾਨ ਆਊਗਾ। ਹੁਣ ਹੈ ਉਹ ਦੇ ਦੇ ਮਾਲ, ਉਹ ਯਾਰ ਭਾਗ ਗਿਆ ਯਾਰ ਤੂੰ, ਯਾਰ ਕੰਨ ਖਾਦੇ, ਅੱਧਾ ਘੰਟਾ ਹੋ ਗਿਆ ਯਾਰ, ਮਾਲ ਤਾਂ ਬਹੁਤ ਸੌਖਾ ਹੋ ਗਿਆ। ਉਹ ਹੋਰ ਯਾਰ, ਦੁਖੀ ਕਰਿਆ ਵਾਲਿਆਂ ਨੇ, ਕਰੋ ਹੀਲਾ ਥੋੜਾ ਜਿਹਾ ਤਾਂ। ਉਹ ਨਹੀਂ ਯਾਰ, ਹੈ ਨਹੀਂ, ਹੈ ਨਹੀਂ ਸਮੇ ਯਾਰ, ਦੇਖ ਲਓ ਜੀ। ਕੋਈ ਨਾ, ਫਿਰ ਹੱਲ ਕਰਕੇ ਮੈਂ ਤੈਨੂੰ ਫੋਨ ਕਰ ਦੂੰਗਾ, ਫਿਰ ਦੇਖ ਲਾਂਗੇ ਆਪਾਂ, ਠੀਕ ਆ। ਪੂਰੇ ਹੁਣੀ ਕਰ ਲਓ ਫੋਨ, ਮੈਂ ਬੈਠਾ ਤੇਰੇ ਸਾਹਮਣੇ ਲਾ ਲੈਣਾ ਯਾਰ ਫੋਨ, ਤੂੰ ਦੇਖ ਲਈ, ਚੱਕਣਾ ਹੀ ਨਹੀਂ ਫੋਨ ਉਹਨੇ, ਤੇਰੇ ਸਾਹਮਣੇ ਹੀ ਲਾ ਲੈਣਾ ਮੈਂ ਹੁਣ, ਦੇਖੀ। ਮੈਂ ਗਿਆ ਦੀਗਾ ਕਿਸੇ ਕੋਲ, ਆ ਦੇਖ ਲੈ ਹੁਣ ਤੇਰੇ ਸਾਹਮਣੇ ਲਾਉਂਗਾ ਫੋਨ, ਆ ਦੇ, ਚੱਕਣਾ ਨਹੀਂ, ਦੇਖੀ। ਜਿੰਨੇ ਮਰਜ਼ੀ ਕਰੀ ਚੱਲ, ਚੱਕਦਾ ਨਹੀਂ, ਆਪੇ ਕਰੂਗਾ ਬੰਦਾ ਫੋਨ, ਜਦੋਂ ਸਮਾਨ ਆ ਗਿਆ ਨਾ ਆਪੇ ਕਰੂ, ਫਿਰ ਮੈਂ ਤੈਨੂੰ ਮਿਲ ਦਾਂਗਾ, ਠੀਕ ਆ, ਆਰਾਮ ਕਰੋ, ਸੌਂ ਜਾ, ਜਾ ਕੇ ਘਰੇ ਜਾ, ਭੱਜ ਜਾ, ਨੀਂਦ ਵੀ ਨਹੀਂ ਆਉਂਦੀ, ਉਹ ਸੌਂ ਜਾ, ਚੰਗਾ ਚੰਗਾ, ਸਾਲੇ ਕਿੱਥੋਂ ਇਕੱਠੇ ਹੋਏ ਨੇ ਮਾਮਲੀ, ਦਿਮਾਗ ਹੀ ਖਾ ਲਿਆ ਸਾਲਿਆਂ ਨੇ। ਉਸਤਾਦ ਨੂੰ ਫੋਨ ਕਰਾਂ ਯਾਰ, ਦੇਖਦੇ ਹਾਂ ਕੀ ਕਹਿੰਦਾ। ਹੈਲੋ ਉਸਤਾਦ ਜੀ, ਕੀ ਹਾਲ ਨੇ ਜੀ? ਵਧੀਆ ਵਧੀਆ, ਹੋਰ ਕੀ ਬਣਦਾ? ਵਧੀਆ ਵਧੀਆ ਬਣਦਾ, ਕੁਛ ਨਹੀਂ, ਬਸ ਜਿਹੜਾ ਕੰਮ ਤਾਂ ਮਿਲ ਗਿਆ ਉਹੀ ਕਰਦੇ ਆ। ਚੱਲੀ ਜਾਂਦਾ ਵਧੀਆ? ਵਧੀਆ ਚੱਲਦਾ, ਥੋੜੇ ਮਾਲ ਦੇ ਸ਼ੌਰਟ ਜੀ ਟੀਮ ਹੋਰ ਆ ਨਹੀਂ ਰਿਹਾ ਤੇ ਹੁਣ ਹੋ ਗਿਆ ਆਪਣਾ ਹੱਲ।
ਹੋਰ ਯਾਰ ਆ ਮੇਰਾ ਸਾਡੇ ਪਿੰਡ ਵੀ ਬੜਾ ਲੋਕਾਂ ਨੇ ਦੁਖੀ ਕਰਿਆ, ਮੇਰਾ ਤਾਂ ਆ ਕੇ ਦਿਮਾਗ ਖਰਾਬ ਕਰ ਰੱਖਿਆ ਯਾਰ। ਦੇਖ ਲਓ ਜੇ ਹੈਗਾ ਸਮਾਨ ਸਮੂਨ ਆ ਜਾਓ, ਫਿਰ ਕਰ ਦਿਓ ਇਹਨਾਂ ਦਾ ਹੱਲ ਹੁੱਲ ਜਾ। ਠੀਕ ਆ ਠੀਕ ਆ, ਬੰਦੇ ਦਾ ਵਾਧੂ ਨੇ ਤਾਂ ਕੰਨ ਖਾਈ ਜਾਂਦੇ ਨੇ ਮੇਰੇ ਯਾਰ, ਕਦੇ ਕੋਈ ਪੈਰ ਫੜਦਾ ਕੋਈ। ਬਸ ਠੀਕ ਆ, ਆ ਜਾਓ ਫਿਰ ਕੱਲ ਨੂੰ, ਮੈਂ ਕਰਦਾ ਇਹਨਾਂ ਨੂੰ, ਮੈਂ ਗੱਲ ਕਰ ਲੂੰਗਾ ਸਾਰਿਆਂ ਨਾਲ। ਹਾਂ ਹਾਂ ਕੋਈ ਨੀ, ਠੀਕ ਠੀਕ ਆ, ਓਕੇ ਜੀ, ਓਕੇ ਓਕੇ ਓਕੇ। ਚੱਲ ਸਾਲਾ ਮੇਰਾ ਤਾਂ ਖਹਿੜਾ ਛੱਡਣ ਗਏ ਹੁਣ, ਚੱਲ ਚੱਲਦੇ ਆ ਘਰ ਨੂੰ ਚੱਲਦੇ ਆ। ਵਗ ਗਿਆ ਸਾਲਾ, ਕਰਦਾ ਮੈਂ ਸਾਹਿਬ ਨੂੰ ਫੋਨ, ਇਹਨਾਂ ਨੂੰ ਤਾਂ ਮੈਂ ਚੁਕਾਉਣਾ। ਮੇਰੀ ਤਾਂ ਨਜ਼ਰ ਜੀ ਫੁੱਲ ਆ ਗਈ, ਚੱਕ ਲੈਣੇ ਨੇ ਜੀ ਗੱਲ ਨੂੰ, ਚੱਕ ਲਾਂਗੇ, ਤੂੰ ਫਿਕਰ ਨਾ ਕਰ ਬਸ। ਓਕੇ ਓਕੇ ਓਕੇ। ਹਾਂ ਵੀ ਚੇਲੇ, ਆਪਣੀ ਤਿਆਰੀ ਹੈ, ਮੈਂ ਆ ਰਿਹਾ ਤੇਰੇ ਕੋਲ ਨੂੰ। ਹਾਂ ਹਾਂ, ਇਹ ਨਾ ਕਿਸੇ ਨੂੰ ਕਹੀਂ ਵੀ ਕੀ ਆਉਂਦਾ ਕਿ ਜਹਾਜ਼ ਉੱਤਰ ਰਿਹਾ ਹੈ ਕਹੀਂ, ਬਸ ਪਤਾ ਨਾ ਲੱਗੇ ਕਿਸੇ ਨੂੰ ਵੀ ਕੀ ਸਮਾਨ ਆ ਰਿਹਾ। ਹਾਂ ਹਾਂ, ਬੰਦੇ ਜਿੰਨੇ ਹੁੰਦੇ ਵੱਧ ਤੋਂ ਵੱਧ ਇਕੱਠੇ ਕਰ, ਠੀਕ ਹੈ। ਓਕੇ ਓਕੇ, ਬਸ ਤੁਰਦਾ ਮੈਂ ਤਾਂ ਆ ਹੀ ਰਿਹਾ। ਠੀਕ ਹੈ ਠੀਕ ਹੈ ਠੀਕ ਆ, ਬਸ ਆ ਗਏ ਆ ਗਏ ਤੇਰੇ ਕੋਲ, ਹੁਣ ਤਾਂ 20-25 ਮਿੰਟਾਂ ਨੂੰ ਪਹੁੰਚ ਗਿਆ ਬਸ। ਹਾਂ 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 ਹਾਂ, ਤੂੰ ਉਦੋਂ ਪਹਿਲਾਂ ਪਹਿਲਾਂ ਪਹੁੰਚਣਾ ਚਾਹੀਦਾ, ਖੜਨਾ ਨਾ ਪਵੇ ਆ ਕਿੱਥੇ। ਠੀਕ ਆ ਠੀਕ ਆ ਠੀਕ ਆ, ਮਾਲ ਵਾਧੂ ਯਾਰ, ਜਿੰਨੇ ਮਰਜ਼ੀ ਲਿਆ ਕੋਈ ਗੱਲ ਨਹੀਂ ਹੈਗੀ। ਠੀਕ ਆ ਠੀਕ ਆ ਠੀਕ ਆ, ਬਸ ਆ ਗਿਆ ਮੈਂ ਤਾਂ, ਤੁਰ ਪਿਆ ਤੂੰ ਬੰਦਿਆਂ ਦਾ ਹੀਲਾ ਕਰ, ਇੰਤਜ਼ਾਮ ਬੰਦੇ ਲੈ ਛੱਡ ਕੇ, ਬਸ ਘਰ ਇਕੱਠੇ ਕਰਾਂ ਫਟਾਫਟ। ਠੀਕ ਹੈ ਜੀ, ਜਨਾਬ ਜੀ ਮੋਟਰਸਾਈਕਲ ਸਾਈਡ ਤੇ ਨਾ ਕਰ ਦਿਓ। ਹਾਂ ਹਾਂ, ਲਾ ਦੇ ਉੱਧਰ ਲਾ ਦੇ। ਲੈ ਵੀ ਪਿੰਦਿਆ ਤਿਆਰ ਰਹੀ, ਬੰਦੇ ਆਉਣ ਵਾਲੀ ਹੋਣਗੇ ਜਨਾਬ ਜੀ, ਫਿਕਰ ਨਾ ਕਰੋ, ਖਬਰੀ ਆਪਣਾ ਪੱਕਾ ਹੈਗਾ, ਪੱਕਾ ਐਨ ਖਬਰੀ, ਬਸ ਤਿਆਰ ਰਹੀ, ਅੱਜ ਚੁੱਕ ਨਹੀਂ ਹੋਣੀ ਚਾਹੀਦੀ, ਚੱਕ ਲਾਂਗੇ ਅੱਜ। ਬਸ ਠੀਕ ਆ, ਕੋਲ ਲੈ ਇਧਰੋਂ ਹੋ ਜਾ ਸਾਈਡ ਦੀ ਤੇ ਮਾੜਾ ਜਿਹਾ, ਇੱਧਰ ਹੀ ਲੰਘ ਜਾਂਦੇ ਹਾਂ।
ਮੈਂ ਤਾਂ ਕਹਿਣਾ ਮੀਂਹ ਨਾ ਜਾਵੇ ਯਾਰ, ਜਿਹੜਾ ਜਿੰਨੇ ਕੁ ਤੁਰਨ ਜੋਗੇ ਗਏ ਵੀ ਖੜ ਜਾਂਗੇ। ਹੋਰ ਚਾਚੇ ਕਿਵੇਂ ਆ? ਬਾਬਾ ਜਹਾਜ਼ ਉੱਤਰਨ ਵਾਲਾ ਦੁਆਰੇ ਉੱਠ। ਹੋਰ ਚਾਚਾ ਇੱਥੇ ਬੈਠਾ, ਜਹਾਜ਼ ਉੱਤਰੇ ਪਿਆ ਆ, ਚੱਲੀਏ ਚਲੋ ਫਿਰ ਜਾਣ ਬਣੇ ਪਿਆ। ਨਹੀਂ ਉਦੇ ਦਾ ਮਾਨ ਸਾਣਾ ਮਿਣਿਆ ਮਨੀ, ਉਦੇ ਦਾ ਅੱਜ ਜਹਾਜ਼ ਮਸਾ ਆਇਆ ਨੈਨਿਆ ਕੱਠੀਆਂ ਬੋਰੀ ਲੈ ਲੋ। ਉਧਾਰ ਕਰਦੇ ਵੀ ਨਹੀਂ ਹੁੰਦੇ ਭਲੇ ਕੀ, ਤਾਂ ਕਹਿੰਦਾ ਉਧਾਰ ਕਰਦੇ ਵੀ ਨਹੀਂ ਹੁੰਦੇ ਇਹ। ਉਹ ਚੱਲ ਇੱਕ ਦੂਏ ਤੋਂ ਮੇਰੇ ਤੋਂ ਲੈ ਲਿਓ ਪੈਸੇ ਤਾਂ ਬਥੇਰੇ ਨੇ, ਆਪਦਾ ਲੈ ਲਓ ਸਮਾਨ ਇਕੱਠਾ ਹੀ ਹੋਣਾ। ਬੋਰੀਆਂ ਚੱਕ ਲਓ ਅੱਜ ਘੜੀ ਘੜੀ ਨਾ, ਮੈਨੂੰ ਫਿਰ ਪੈਸੇ ਹੌਲੀ ਹੌਲੀ ਦੇ ਦਿਓ, ਕਿਤੇ ਮੈਨੂੰ ਨਾ ਘਰੋਂ ਕਢਾ ਦਿਓ ਫਿਰ ਪੁਣੇ ਬੰਦੇ ਨੂੰ। ਹਾਂ ਮੈਨੂੰ ਦੇ ਦਿਓ ਫਿਰ ਵੀ ਯਾਰ ਦੋਸਤ ਤੋਂ, ਛੇਤੀ ਛੇਤੀ ਚੱਲੋ ਫਾਇਦਾ ਪਹੁੰਚ ਗਿਆ ਆਪਾਂ, ਫਿਰ ਕਿਤੇ ਲੰਘ ਹੀ ਨਾ ਜਾਵੇ। ਮਿਲਾਵਟ ਵਾਲਾ ਮਾਲ ਦੇ ਦੇ ਸਾਨੂੰ, ਨਾਲੇ ਤੇ ਉਤਰਿਆ ਜਹਾਜ਼। ਆਹੋ ਭਾਈ ਆਪਦਾ ਛੇਤੀ ਕਰੋ, ਪਹਿਲਾਂ ਮਾਲ ਚੈੱਕ ਕਰ ਕੇ ਦੇਖੋ ਵੀ ਦੇਖੋ ਸਾਰੇ ਮਾਲ ਚੈੱਕ ਕਰ ਲਓ ਭਾਈ, ਬਾਅਦ ਚ ਲਾਂਬਾ ਨਹੀਂ ਕਿੱਥੇ ਜਾਏਗਾ, ਬਾਅਦ ਚ ਦੇ ਦਾਂਗੇ ਵੀ ਦਿਓ ਇਹਨਾਂ ਨੂੰ ਇਹਨਾਂ ਨੂੰ ਦਿਓ। ਮਰਦੇ ਨਾ ਬੰਦੇ ਦੇ ਹਾਲ ਤੇ ਦੇਖੋ ਕੀ ਹੋਇਆ ਪਿਆ ਭਾਈ। ਉਹ ਕੋਈ ਨੀ ਹੁਣ ਤੈਨੂੰ ਦੱਸ ਦਿਆ, ਮਿਹਨਤ ਇਹੀ ਆ, ਕੋਈ ਗੱਲ ਨੀ। ਉਹ ਸਾਲੇ ਉਹ ਬਚ ਗਏ ਪੈਂਟ ਦੇ, ਮਾੜਾ ਮਾੜਾ ਸਮਾਨ ਬਚਿਆ ਜਿਹੜਾ, ਉਹ ਸਾਲੇ ਦੋ ਬੰਦਿਆਂ ਨੂੰ ਮਿਲਿਆ। ਪੱਟੇ ਗਏ ਭੈਣ ਚੋ, ਆਪਾਂ ਦਾ ਪੈਸੇ ਵੀ ਗਏ, ਉਹ ਬਸ ਆਪਣੇ ਤਾਂ ਦੋ ਕੁ ਨੂੰ ਇਹ ਮਿਲਿਆ ਗਾ ਹੁਣ ਟਾਈਮ ਸਾਰੋ ਜਿਹੜਾ ਲੱਗੇ ਦੇ ਹੱਥ ਡੀਪੀ ਹੱਥੀ ਉਹਦਾ ਦੇਖੋ ਭਾਈ ਗੱਲ ਕਰਦਾ, ਜਿਹਨੇ ਦੋ ਜਾਣੇ ਨੂੰ ਮਿਲੀ ਆਪਾਂ ਪੂਰਾ ਪੂਰਾ ਦੋ ਚਾਰ ਦਿਨ ਕੱਢਾਂਗੇ ਹੁਣ। ਉਹ ਖਬਰ ਕੁੜੀ ਚੋਦ ਦੇ ਦੇਣਗੇ, ਉਹ ਤਾਂ ਆਪ ਮਰਦੇ ਫਿਰਦੇ ਨੇ ਪਹਿਲਾਂ ਹੀ, ਉਹਨਾਂ ਤੋਂ ਲੈਣੇ ਆ ਬੜਿਆ ਛੜਿਆ ਕੇ ਜੇ ਦੇਣਗੇ ਮਾੜੀ ਮੋਟੀ ਕਰਦੇ ਆ ਹੱਲ। ਚਲੋ ਫਿਰ ਹਾਂ ਵੀ ਭਾਈ ਹੁਣ ਸਾਡਾ ਵੀ ਹੀਲਾ ਸਾਰੋ, ਹੁਣ ਹੋਰ ਬੰਦਾ ਟੱਕਰ ਜੂਗਾ, ਕੀ ਪਤਾ ਹੋਰ ਬੰਦਾ ਹੋਰ ਕਿੱਥੋਂ ਟੱਕਰ ਜੂ, ਹੁਣ ਤਾਂ ਖਬਰ ਹੈ ਕਿਵੇਂ ਛੁੱਟੂ ਉਹ, ਛੁੱਟਦਾ ਜਾਊਗਾ ਉਹਦਾ ਕਹਿਣਾ।
ਬੰਨ ਲਾ ਬੰਨ ਲਾ ਇਹਨੂੰ ਆ ਜਾ ਕਰ ਬੋਰੀ ਤਾਂ ਦੇ ਕਿਵੇਂ ਭਰੀ ਬੈਠਾ ਚੱਲ ਇਹਦੇ ਪੌਣੇ ਅੱਜ ਕੇਸ ਮਾਰ ਕੇ ਕੋਈ ਗੱਲ ਨੀ ਆ ਜਾਓ ਭਾਈ ਸਰਕਾਰਾਂ ਤੱਕ ਗੱਲਾਂ ਚੱਲਦੀਆਂ ਨੇ ਗਲਾਮਾ ਫੜ ਲਿਆ ਸੀ ਮੈਂ ਸਾਲ ਮਾਰ ਕੇ ਭਜਾ ਭੱਜਿਆ ਚਲੋ ਫਿਰ ਦੇਖ ਲੈ ਚਲੋ ਚੇਲੇ ਕੋਲ ਮੇਰੀ ਤਾਂ ਹਲੇ ਸਲਾਹ ਸੀ ਮੈਂ ਬੋਰੀਏ ਲੈਣੇ ਆ ਭੈਣ ਚੋਦੀ ਪੁਲਿਸ ਇਹ ਸਾਲੀ ਸੀ ਆਈ ਡੀ ਕਿਹਨੇ ਕਰੀ ਭੈਣ ਚੋ ਇਹ ਬੰਦਾ ਹੈਗਾ ਆਪਣੇ ਵਿੱਚ ਸੀ ਆਈ ਡੀ ਮਸਾਂ ਜਹਾਜ਼ ਉਤਰਿਆ ਸੀ ਕੁੜੀ ਚੋ ਦਾ ਨਾਲੇ ਤੇ ਕਿੱਦਾਂ ਦੇ ਮਿੰਤਾਂ ਕਰਦੇ ਤੇ ਵੀ ਆ ਜਾ ਸਾਨੂੰ ਮਾਲ ਦੇ ਜਾ ਮਾਲ ਦੇ ਜਾ ਮਸਾਂ ਆਇਆ ਸੀਗਾ ਮਸਾਂ ਕੁੜੀ ਚੋ ਦਾ ਘਰ ਪੂਰੇ ਹੋ ਜਾਂਦੇ ਹੋਰ ਅੱਜ ਮਸਾਂ ਹੁਣ ਮਰਾਂਗੇ ਹੁਣ ਇਦੋਂ ਵੀ ਮਰਾਂਗੇ ਹੁਣ ਤਾਂ ਇਦੋਂ ਵੀ ਮਰਾਂਗੇ ਕਲਵੀਰਿਆ ਹੁਣ ਤਾਂ ਇਦੋਂ ਵੀ ਮਰਾਂਗੇ ਪੁੱਤ ਪਹੁੰਚ ਮੇਰੀ ਵੀ ਬਹੁਤ ਦੂਰ ਤੱਕ ਆ ਜਿਹੜਾ ਕੁਛ ਮਰਜ਼ੀ ਕਰ ਲਿਓ ਤੁਸੀਂ ਭਾਈ ਡਾਕਟਰ ਦੇ ਆਉਣਾ ਪੈ ਗਿਆ ਦੇਖ ਲਾ ਚਾਚੀ ਕੁਰਸੀ ਤੇ ਇੱਧਰ ਡਾਕਟਰ ਜੀ ਲੈਟਰੀਨ ਨਹੀਂ ਆਈ ਹੈਗੀ ਮਾਲ ਬਾਲਾ ਕੈੜਾ ਖਾ ਲਿਆ ਕਬਜ਼ੀ ਹੋਈ